ਸਤਿ ਸ਼੍ਰੀ ਅਕਾਲ ਫਰੈਂਡ, ਤੁਹਾਡਾ ਸਵਾਗਤ ਹੈ ਮੇਰੇ ਚੈਨਲ 'ਤੇ, ਜਿਸਦਾ ਨਾਮ ਹੈ GS ਟਿਪਸ ਐਂਡ ਸਟੂਡੈਂਟ ਹੈਲਪ। ਅੱਜ ਮੈਂ ਪਲੱਸ ਟੂ ਜਮਾਤ ਦੇ ਜਿਹੜੇ ਮੋਸਟ ਇੰਪੋਰਟੈਂਟ ਕੁਸ਼ਚਨ ਹੈ ਹਿਸਟਰੀ ਦੇ, ਉਹਨਾਂ ਬਾਰੇ ਦੱਸਣ ਜਾ ਰਿਹਾ। ਨੋਟ ਕਰੋ, ਸਭ ਤੋਂ ਪਹਿਲਾ ਕੁਸ਼ਚਨ, 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਤ੍ਰਿਕੋਣੇ ਸੰਘਰਸ਼ ਦਾ ਅਖਾੜਾ ਸੀ, ਵਿਆਖਿਆ ਕਰੋ। ਭਾਰਤ ਵਿੱਚ ਬਾਬਰ ਦੀ ਜਿੱਤ ਅਤੇ ਅਫਗਾਨਾਂ ਦੀ ਹਾਰ ਦੇ ਕਾਰਨਾਂ ਦਾ ਵਰਣਨ ਕਰੋ। 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ? ਪਾਣੀਪਤ ਦੀ ਪਹਿਲੀ ਲੜਾਈ ਬਾਰੇ ਸੰਖੇਪ ਨੋਟ ਲਿਖੋ। 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਮਾਲੀ ਹਾਲਤ, ਆਰਥਿਕ ਹਾਲਤ ਕਹਿ ਸਕਦੇ ਹਾਂ ਆਪਾਂ, ਕੀ ਸੀ? ਨੋਟ ਕਰੋ। ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਸੀ? ਗੁਰੂ ਨਾਨਕ ਦੇਵ ਜੀ ਦੇ ਗੁਰੂ ਸੰਬੰਧੀ ਕੀ ਵਿਚਾਰ ਸਨ? ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਨਾਮ ਦਾ ਕੀ ਮਹੱਤਵ ਸੀ? ਇਸਲਾਮ ਬਾਰੇ ਇੱਕ ਨੋਟ ਲਿਖੋ। ਸੂਫੀ ਮਤ ਦੀਆਂ ਮੁੱਖ ਸਿੱਖਿਆਵਾਂ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਸੰਬੰਧੀ ਕੀ ਵਿਚਾਰ ਪ੍ਰਗਟ ਕੀਤੇ? 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਵਪਾਰ ਕਿਸ ਕਿਸ ਦੇਸ਼ਾਂ ਨਾਲ ਚੱਲਦਾ ਸੀ? ਸੰਖੇਪ ਨੋਟ ਲਿਖੋ। ਗੁਰੂ ਨਾਨਕ ਦੇਵ ਜੀ ਦੀ ਸਿੱਖ ਪੰਥ ਨੂੰ ਦੇਣ ਸੰਬੰਧੀ ਜਾਣਕਾਰੀ ਦਿਓ। ਉਦਾਸੀਆਂ ਤੋਂ ਕੀ ਭਾਵ ਹੈ? ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਵਿੱਚ ਕੀ ਉਦੇਸ਼ ਦਿੱਤੇ? ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਪੰਜ ਮਹੱਤਵਪੂਰਨ ਉਦਾਸੀਆਂ ਦੀ ਸੰਖੇਪ ਰਚਨਾ ਕਰੋ। ਇਹ ਜਿਹੜੇ ਇੰਪੋਰਟੈਂਟ ਕੁਸ਼ਚਨ ਮੈਂ ਤੁਹਾਨੂੰ ਦੱਸੇ ਨੇ, ਇਹ ਮੇਰੀ ਵੈਬਸਾਈਟ ਉੱਪਰ ਵੀ ਲਿੰਕ ਇਹਦਾ ਮਿਲ ਜੂਗਾ, ਡਿਸਕ੍ਰਿਪਸ਼ਨ ਦਾ ਲਿੰਕ, ਸੋਰੀ, ਵੈਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਜਾ ਕੇ ਚੈੱਕ ਕਰੋ।